ਅੱਜ ਅੱਜ ਆਪਾਂ ਗੱਲ ਕਰਾਂਗੇ ਜੀ ਫਖਰ ਜ਼ਮਾਨ ਦੀ ਪਾਕਿਸਤਾਨੀ ਬੈਟਸਮੈਨ ਜ਼ਬਰਦਸਤ ਬੈਟਸਮੈਨ ਪਾਕਿਸਤਾਨ ਤੇ ਨਿਊਜ਼ੀਲੈਂਡ ਦਾ ਮੈਚ ਚੱਲਦਾ ਪਿਆ ਨਿਊਜ਼ੀਲੈਂਡ ਨੇ ਪਹਿਲਾਂ ਬੈਟਿੰਗ ਕਰਦੇ ਹੋਏ ਪਹਿਲਾਂ ਬੈਟਿੰਗ ਕਰਦੇ ਹੋਏ 400 ਰਨ ਮਾਰਿਆ ਕਿਉਂਕਿ ਪਹਾੜ ਜਿੱਡਾ ਸਕੋਰ ਤੇ ਉਹਦੇ ਵਿੱਚ ਰਚਨ ਹਰਵਿੰਦਰਾ ਜਿਹੜਾ ਹੈਗਾ ਪਲੇਅਰ ਉਹਨਾਂ ਨੇ 100 ਰਨ ਮਾਰੇ ਬਾਕੀਆਂ ਨੇ ਵੀ ਥੋੜੇ 30 30 40 40 ਰਨ ਮਾਰੇ ਤੇ 400 ਰਨ ਦਾ ਸਕੋਰ ਖੜਾ ਕਰਤਾ ਤੇ ਪਾਕਿਸਤਾਨ ਜਦੋਂ بیٹنگ ਕਰਨ ਉਤਰਿਆ ਤੇ ਮਤਲਬ ਔਖਾ ਜਾ ਲੱਗਦਾ ਵਿਆਸੀ ਕਿ 400 ਰਨ ਬਹੁਤ ਹੁੰਦਾ ਹੈ ਬਸ 2-3 ਵਾਰ 4-5 ਵਾਰ ਹਿਸਟਰੀ ਦੇ ਵਿੱਚ ਚੇਜ਼ ਹੋਇਆ ਤੇ ਉਹਦੇ ਵਿੱਚੋਂ ਪਲੇਅਰ ਹੈਗਾ ਫਕਰ ਜ਼ਮਾਨ ਫਕਰ ਜ਼ਮਾਨ ਤੇ ਪੂਰੀਆਂ ਆਸਾ ਸੀ ਪਾਕਿਸਤਾਨ ਨੂੰ ਬਿਕੋਜ਼ ਫਕਰ ਜ਼ਮਾਨ ਬਹੁਤ ਫਾਸਟ ਚੇਜ਼ ਕਰਨ ਲਈ ਵੱਡਾ ਸਕੋਰ ਬਣਾਉਣ ਲਈ ਜਾਣਿਆ ਜਾਂਦਾ ਤੇ ਉਹਦੇ ਵਿੱਚ ਜਦੋਂ بیٹنگ ਸ਼ੁਰੂ ਹੋਈ ਹੁਣ ਫਿਲਹਾਲ ਉਹਨੇ 9 ਸ਼ੱਕੇ ਚਾਰ ਚੋਕੇ ਤੇ 60 ਗੇਂਦਾਂ ਦੇ ਵਿੱਚ ਆਪਣਾ ਸੈਂਕੜਾ 11ਵਾਂ ਸੈਂਕੜਾ ਪੂਰਾ ਕੀਤਾ ਤੇ 11ਵਾਂ ਸੈਂਕੜਾ ਪੂਰਾ ਕਰਨ ਤੋਂ ਬਾਅਦ ਉਹ ਮਤਲਬ 193 180 ਐਦਾਂ ਦੇ ਸਕੋਰ ਉਹ ਨੋਰਮਲ ਮਾਰ ਚੁੱਕਾ ਤੇ ਹੁਣ ਪਾਕਿਸਤਾਨ ਨੂੰ ਪੂਰੀਆਂ ਆਸਾਂ ਨੇ ਮੀਂਹ ਕਰਕੇ ਮੈਚ ਰੁਕ ਚੁੱਕਾ ਲਾਸਟ 25 ਓਵਰਾਂ ਦੇ ਵਿੱਚ ਕੋਈ ਆਈ ਥਿੰਕ ਥੈਟ 200 ਰਨ ਬਚ ਚੁੱਕਾ ਤੇ ਇੱਕਾਊਟ ਆ ਬਾਬਰ ਆਜ਼ਮ ਪੂਰਾ ਸਾਥ ਦਿੰਦਾ ਪਿਆ ਜੇ ਇਸ ਹਾਵ ਨਾਲ ਹੀ ਚੱਲੇਗੇ ਤੇ ਪਾਕਿਸਤਾਨ ਜਿੱਤ ਸਕਦਾ ਮੈਚ ਤੇ ਪਰ ਕਿਸੇ ਨੂੰ ਉਮੀਦ ਨਹੀਂ ਸੀ ਸ਼ੌਇਬ ਇਕਤ ਦਾ ਟਵੀਟ ਆਇਆ ਸੀ ਕਿ ਤੁਹਾਨੂੰ ਮਤਲਬ ਟੀਮ ਮੈਨੇਜਮੈਂਟ ਕਰਦੀ ਕੀ ਪਈ ਹੈ ਕਿ ਜੇ ਤੁਹਾਨੂੰ ਪਤਾ ਸੀ ਕਿ ਪੇਚ ਵਧੀਆ ਵੈ ਤੁਸੀਂ ਬੈਟਿੰਗ ਕਰਨ ਕਿਉਂ ਨਹੀਂ ਉਤਰੇ ਤੁਸੀਂ ਬੋਲਿੰਗ ਕਿਉਂ ਚੂਜ਼ ਕੀਤੀ ਚਲੋ ਉਹ ਗੱਲਾਂ ਬਾਅਦ ਦੀਆਂ ਤੇ ਫਕਰ ਜਮਾਨ ਤੇ ਪੂਰੀਆਂ ਆਸਾਂ ਨੇ ਹੁਣ ਤੇ ਹੁਣ ਇਹ ਵੀ ਗੱਲ ਚੱਲਦੀ ਕਿ ਇਹਨੂੰ ਪਿਛਲੇ ਮੈਚ ਚ ਵੀ ਖੜਾਇਆ ਉੱਚ ਵੀ 88 ਰਨ ਮਾਰੇ ਹੁਣ ਆ ਮੈਚ ਗੜਾਇਆ ਤੇ ਇੱਚ ਵੀ ਨੇ ਰਨ ਮਾਰੇ ਤੇ ਟੀਮ ਮੈਨੇਜਮੈਂਟ ਦੇ ਸਵਾਲ ਉੱਠਦੇ ਪਏ ਨੇ ਕਿ ਇਹਨੂੰ ਪਾਇਆ ਕਿਉਂ ਨਹੀਂ ਪਹਿਲਾਂ ਤੁਸੀਂ ਤੁਹਾਨੂੰ ਪਤਾ ਪਲੇਅਰ ਵਧੀਆ ਅੱਗੇ ਸ਼ਤਕ ਮਾਰ ਚੁੱਕਾ ਥੋੜੇ ਜੇ ਮੈਚ ਖੇਡੇ ਨੇ ਠੀਕ ਹੈ ਤੇ ਫਕਰ ਜਮਾਨ ਬਾਰੇ ਗੱਲ ਕਰੀਏ ਤੇ ਇਹਨੂੰ ਫੌਜੀ ਫੁੱਜੀ ਕਹਿੰਦੇ ਨੇ ਕਿਉਂਕਿ 17 ਸਾਲ ਦੀ ਉਮਰ ਵਿੱਚ ਚੜ੍ਹਦੀ ਜਵਾਨੀ ਦੇ ਵਿੱਚ ਇਹ ਆਰਮੀ ਦੇ ਵਿੱਚ ਸੌਰੀ ਨੇਵੀ ਦੇ ਵਿੱਚ ਭਰਤੀ ਹੋ ਗਿਆ ਸੀ ਤੇ ਉਸ ਤੋਂ ਬਾਅਦ ਅੱਗੇ ਦਾ ਜਿੱਦਾਂ ਕ੍ਰਿਕਟ ਦਾ ਸਫ਼ਰ ਜੋ ਵੀ ਰਿਹਾ ਬਟ ਵੈਰੀ ਫੈਂਟੈਸਟਿਕ ਪਲੇਅਰ ਬਹੁਤ ਤਕੜਾ ਪਲੇਅਰ ਪਾਕਿਸਤਾਨ ਦੀ ਮਤਲਬ ਪੂਰੀ ਆਸ ਉਮੀਦ ਹੈ ਇਹ ਪਲੇਅਰ ਤੇ ਕਿਉਂਕਿ ਜੇ ਮੈਚ ਇਹ ਜਿੱਤੇ ਨੇ ਤਾਂ ਪਾਕਿਸਤਾਨ ਫਿਰ ਸੈਮੀਫਾਈਨਲ ਵਾਸਤੇ ਕੁਆਲੀਫਾਈ ਕਰ ਸਕਦਾ ਹੈ ਉਸ ਤੋਂ ਬਾਅਦ ਅਗਲਾ ਮੈਚ ਵੀ ਜਿੱਤਣਾ ਪਊਗਾ ਜੇ ਇਹ ਮੈਚ ਹਾਰ ਜਾਂਦੇ ਨੇ ਤੇ ਫਿਰ ਓਬਵੀਅਸਲੀ ਉਹ ਬਾਹਰ ਹੈ ਸੋ ਇਹ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਪਾਕਿਸਤਾਨ ਨੂੰ ਇਹ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ ਤੇ ਜੋ ਪਰਫਾਰਮੈਂਸ ਕਿਉਂਕਿ ਜਦੋਂ 400 ਰਨ ਬਣ ਜਾਂਦਾ ਨਾ ਤੇ ਦੂਜੀ ਟੀਮਾਂ ਨੂੰ ਉਮੀਦ ਨਹੀਂ ਹੁੰਦੀ ਕਿ ਇੰਨਾ ਸਕੋਰ ਕਿਦਾਂ ਚੇਸ ਕਰਾਂਗੇ ਸੋ ਜੋ ਮੈਚ ਚੱਲਦਾ ਪਿਆ ਬੜਾ ਜ਼ਬਰਦਸਤ ਮੈਚ ਚੱਲਦਾ ਪਿਆ ਤੇ ਰੇਨ ਕਰਕੇ ਡਿਲੇ ਹੋਇਆ ਪਰ ਦੇਖੋ ਡੀਐਲਐਸ ਮੈਥਡ ਦੇ ਨਾਲ ਉਹ ਘਟੂਗਾ ਥੋੜਾ ਸਕੋਰ ਘਟੂਗਾ ਜਿਹਦਾ ਹੁਣ ਬਣਨੇ ਗਏ ਦਾ 148 ਰਨ ਹੁਣ ਹੋਰ ਘਟ ਜਾਣਗੇ ਤੇ ਜੇ ਮੈਚ ਨਹੀਂ ਹੁੰਦਾ ਵਾ ਤੇ 10 ਰਨ ਦੇ ਨਾਲ ਪਾਕਿਸਤਾਨ ਰਨ ਰੇਟ ਦੇ ਸਾਹਮਣੇ ਅੱਗੇ ਚੱਲਦਾ ਹੈ ਤੇ ਪਾਕਿਸਤਾਨ ਜੀਤੂ ਕਰਾ ਦਿੱਤਾ ਜਾਊਗਾ ਸੋ ਵੈਰੀ ਅਮੇਜ਼ਿੰਗ ਇਨਿੰਗ ਬਾਈ ਫਕਰ ਜ਼ਮਾਨ ਉਹਨੂੰ ਪਹਿਲਾ ਪਾਉਣਾ ਚਾਹੀਦਾ ਸੀ ਬਹੁਤ ਹੀ ਵਧੀਆ ਨੇ ਖੇਡਿਆ ਚਲੋ